ਡੀ ਸਟੂਡੈਂਟਸ ਵੈਲਕਮ ਬੈਕ ਅੱਜ ਦੀ ਵੀਡੀਓ ਜਿਹੜੇ ਵਿਦਿਆਰਥੀ ਬੀ ਐਡ ਸੈਮੈਸਟਰ 3 ਦੇ ਵਿੱਚ ਨੇ ਜਾਂ ਬੀ ਏ ਬੀ ਐਸ ਸੀ ਬੀ ਐਡ ਸੈਮੈਸਟਰ 7th ਦੇ ਵਿੱਚ ਨੇ ਉਹਨਾਂ ਦੀ ਸਕਿੱਲ ਇਨ ਟੀਚਿੰਗ ਦੇ ਜਿਹੜੇ ਪ੍ਰੈਕਟੀਕਲਸ ਨੇ ਉਹਨਾਂ ਦੀ ਡੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਨਾਉਂਸ ਹੋ ਚੁੱਕੀ ਹੈ ਜਿਹੜੇ ਪ੍ਰੈਕਟੀਕਲਸ ਨੇ ਉਹ 20 ਫਰਵਰੀ 2023 ਤੋਂ 20th ਫੈਬ 2033 ਤੋਂ ਲੈ ਕੇ 25th ਫੈਬ 25 ਫਰਵਰੀ 2023 ਤੱਕ ਹੋਣਗੇ ਇਹ ਤੁਸੀਂ ਆਪਣਾ ਜਿਹੜਾ ਕਨਸਰਨਡ ਕਾਲਜ ਆ ਉਹਦੇ ਨਾਲ ਜਿਹੜੀ ਆਪਣਾ ਕੰਟੈਕਟ ਕੰਟੈਕਟ ਜ਼ਰੂਰ ਬਣਾਉਣਾ ਹੈ ਹੁਣ ਤਾਂ ਜੋ ਤੁਸੀਂ ਆਪਣਾ ਚੈੱਕ ਕਰ ਸਕੋ ਕਿ ਤੁਹਾਡਾ ਜਿਹੜਾ ਪ੍ਰੈਕਟੀਕਲ ਆ ਉਹ ਕਿਹੜੀ ਡੇਟ ਨੂੰ ਅਨਾਉਂਸ ਹੋਇਆ ਏ ਇਹ ਜਿਹੜੇ ਵਿਦਿਆਰਥੀ ਰੈਗੂਲਰ ਰੀਅਪੀਅਰ ਜਾਂ ਸਪੈਸ਼ਲ ਚਾਂਸ ਵਾਲੇ ਕੈਂਡੀਡੇਟਸ ਨੇ ਭਾਵੇਂ ਤੁਸੀਂ ਐਡੀਸ਼ਨਲ ਕਰ ਰਹੇ ਹੋ ਉਹਨਾਂ ਸਾਰਿਆਂ ਦੇ ਲਈ ਇਹ ਜਿਹੜੀ ਵੀਡੀਓ ਹੈ ਮੀਨਸ ਆਪਣੇ ਜਿਹੜੇ ਪ੍ਰੈਕਟੀਕਲ ਨੇ ਤੁਸੀਂ ਇਹਨਾਂ ਡੇਟਸ ਦੇ ਵਿੱਚ ਹੀ ਦੇਣੇ ਆ ਤੁਹਾਡੇ ਕਾਲਜ ਨੂੰ ਕੋਈ 2 ਜਾਂ 3 ਦਿਨ ਪਲਟ ਹੁੰਦੇ ਆ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰੈਕਟੀਕਲ ਉਹ ਲੈਣਾ ਹੁੰਦਾ ਹੈ ਤੇ ਤੁਸੀਂ ਉਹਦੇ ਅਕੋਰਡਿੰਗ ਆਪਣਾ ਜਿਹੜਾ ਟਾਈਮ ਸ਼ੈਡਿਊਲਰ ਵਿੱਚ ਮੈਂਸ਼ਨ ਕੀਤਾ ਹੋਇਆ 9:00 ਤੇ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਹ ਤੁਸੀਂ ਨੇ ਵਧੀਆ ਕਰ ਲੈਣੀ ਆ ਜਿਹੜੀ ਪ੍ਰੋਪਰ ਡਿਟੇਲ ਹੈ ਤੁਸੀਂ ਕਿ ਤੁਹਾਡੇ ਕਾਲਜ ਦੀ ਜਿਹੜੀ ਡੇਟ ਸ਼ੀਟ ਹੈ ਉਹ ਕਿਹੜੇ ਦਿਨਾਂ ਦੇ ਵਿੱਚ ਹੈ ਤਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਵੈਬਸਾਈਟ ਹੈ ਉੱਥੋਂ ਪੂਰੀ ਡਿਟੇਲ ਨੂੰ ਚੈੱਕ ਕਰ ਸਕਦੇ ਹੋ ਆਪਣਾ ਜਿਹੜਾ ਮਾਡਲ ਹੈ ਤੁਹਾਡਾ ਤੇ ਨਾਲ ਜਿਹੜਾ ਪ੍ਰੋਪਰ ਲੈਸਨ ਪਲਾਨ ਹੈ ਉਹ ਤੁਹਾਡੇ ਕੋਲ ਬਣੇ ਹੋਣ ਚਾਹੀਦੇ ਨੇ ਤੇ ਜਿਹੜੀਆਂ ਤੁਸੀਂ ਪ੍ਰੈਕਟੀਕਲਸ ਦੇ ਦੌਰਾਨ ਫਾਈਲਾਂ ਤੁਸੀਂ ਨੇ ਹੁਣ ਯੂਜ਼ ਕਰਨੀਆਂ ਨੇ ਜੋ ਤੁਸੀਂ ਟੀਚਿੰਗ ਪ੍ਰੈਕਟਿਸ ਦੇ ਵਿੱਚ ਬਣਾਈਆਂ ਨੇ ਉਹ ਫਾਈਲਾਂ ਤੁਹਾਡੀਆਂ ਨਾਲ ਤੁਸੀਂ ਲੈ ਕੇ ਜਾਣੀਆਂ ਐ ਮਾਈਕਰੋ ਮੈਕਰੋ ਤੇ ਜਿਹੜੇ ਫਾਈਨਲ ਲੈਸਨ ਪਲਾਨ ਬਣਾਏ ਨੇ ਤੇ ਪੂਰੀ ਜਿਹੜੀ ਡਿਟੇਲ ਹੈ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਤੋਂ ਚੈੱਕ ਕਰਕੇ ਆਪਣੇ ਜਿਹੜੇ ਪ੍ਰੈਕਟੀਕਲਸ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਆਪਣਾ ਦਿਓ ਤੇ ਮੈਂ ਮਿੱਠ ਕਰਦੀ ਆ ਕਿ ਤੁਹਾਡੇ ਜਿਹੜੇ ਪ੍ਰੈਕਟੀਕਲਸ ਨੇ ਬਹੁਤ ਅੱਛੇ ਹੋਣਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ੇਸ ਥੈਂਕ ਯੂ